ਅਸਲਾਮ ਵਾਲੇਕੁਮ ਜੀ, ਫੋਜ਼ੀਆ ਵਲੌਗ 'ਚ ਤੁਹਾਡਾ ਵੈਲਕਮ। ਅਤੇ ਮੈਂ ਜਾ ਰਹੀ ਹਾਂ ਜੀ, ਹੁਣ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਲਾਈਕ ਨਹੀਂ ਕੀਤਾ ਅਤੇ ਫੋਲੋ ਨਹੀਂ ਕੀਤਾ, ਜ਼ਰੂਰ ਫੋਲੋ ਅਤੇ ਲਾਈਕ ਕਰੋ, ਠੀਕ ਆ। ਹੁਣ ਮੈਂ ਜਾ ਰਹੀ ਹਾਂ ਜੀ ਰਾਜਾ ਸਹਿਮਨ ਦੇ, ਕੱਲ੍ਹ ਲੈਣ ਗਈ ਸੀ ਯੂਨੀਫਾਰਮ, ਅਤੇ ਉਹ ਨਾ ਕਲਰ ਕਹਿੰਦੇ ਸੀ ਚੇਂਜ ਕਰਤੀਆਂ ਵਰਦੀਆਂ, ਅਤੇ ਫਿਰ ਮੈਂ ਸਭ ਦੇ ਘਰ ਜੀ ਅਸੀਂ ਗਏ, ਮੈਂ ਅਤੇ ਸਹਿਮਨ, ਉਹਨਾਂ ਨੇ ਕਿਹਾ ਕੋਈ ਚੇਂਜ ਨਹੀਂ ਕੀਤੀਆਂ ਵਰਦੀਆਂ, ਉਹੀ ਆ। ਫਿਰ ਲੇਟ ਹੋ ਗਏ ਸੀ ਅਤੇ ਹੁਣ ਮੈਂ ਜੇ ਚੱਲੀ ਹਾਂ ਸਹਿਮਨ ਦੇ ਨਾਲ ਇਹਨਾਂ ਦੀਆਂ ਵਰਦੀਆਂ ਲੈਣ ਵਾਸਤੇ, ਕਿਉਂਕਿ ਸਕੂਲੋਂ ਜਿੰਨੇ ਦਿਨ ਹੋ ਗਏ ਸਕੂਲ ਲੱਗਿਆ ਨੂੰ, ਅਤੇ ਜਾ ਨਹੀਂ ਰਹੇ ਜੀ ਸਕੂਲ, ਅਤੇ ਪੜ੍ਹਾਈ ਜ਼ਰੂਰੀ ਹੈ ਨਾ ਇਹਨਾਂ ਵਾਸਤੇ ਜੀ। ਅਤੇ ਮੈਂ ਹੁਣ ਸਹਿਮਨ ਨੂੰ ਕਿਹਾ ਕਿ ਚੱਲ ਸਹਿਮਨ ਉੱਠ, ਸਹਿਮਨ ਜੀ ਉੱਠ ਜਾਓ ਪੁੱਤ, ਚਲੋ। ਹੁਣ ਮੈਂ ਤਾਂ ਸਹਿਮਨ ਜੀ ਚੱਲੇ ਹਾਂ ਵਰਦੀਆਂ ਲੈਣ ਵਾਸਤੇ, ਬਸ ਥੋੜ੍ਹੀ ਦੇਰ ਵਾਸਤੇ। ਤੂੰ ਰਹਿ ਇੱਥੇ ਅਤੇ ਅਸੀਂ ਦੋਨੇ ਮਾਂ ਪੁੱਤ ਨਾ ਉਹ ਵੇਲੇ ਡਾਂਸ ਕਰ ਰਿਹਾ। ਸਹਿਮਨ ਡਾਂਸ ਬਹੁਤ ਸ਼ੋਕਾ ਹੋਇਆ ਹੋਇਆ ਨਾ, ਬੈਠ ਅਸੀਂ ਬਸ ਥੋੜ੍ਹੀ ਦੇਰ ਵਾਸਤੇ ਆਏ ਜੀ। ਜਿਸ ਤਰ੍ਹਾਂ ਹੀ ਵਰਦੀਆਂ ਲੈ ਕੇ ਆਉਂਦੀ ਹਾਂ ਅਤੇ ਤੁਹਾਨੂੰ ਸ਼ੇਅਰ ਕਰਦੀ, ਤੁਹਾਨੂੰ ਦਿਖਾਉਂਦੀ ਹਾਂ ਜੀ ਵਰਦੀਆਂ ਇਹਨਾਂ ਦੀਆਂ। ਅਤੇ ਹੁਣ ਮੈਨੂੰ ਦੋ ਇਜਾਜ਼ਤ, ਸਹਿਮਨ ਬਣਾਏਗਾ ਵੀਡੀਓ ਉੱਥੇ, ਸਹਿਮਨ ਲੈ ਚੱਲਾ ਮੋਬਾਈਲ ਨਾਲ ਅਤੇ ਸਹਿਮਨ ਵਲੌਗ ਬਣਾਏਗਾ ਜੀ, ਠੀਕ ਹੈ ਸਹਿਮਨ। ਸਹਿਮਨ ਵੇਖੋ ਕੀ ਹੱਥ ਦਾ ਕਰਦਾ, ਚੱਲ ਪਕੜਾ ਲੈਂਗੇ ਫੋਨ ਦੇ ਵਿੱਚ। ਪਤਾ ਨਹੀਂ ਮੇਰੀ ਨਹੀਂ, ਰਾਜੇ ਦੀ ਪਸੰਦ ਕਹਿ ਰਹੇ ਖਤਮ ਹੋ ਗਈ, ਇੱਕ ਹੀ ਨਹੀਂ ਆਉਣਾ, ਬਾਹਾਂ ਛੋਟੀਆਂ ਰਹਿ ਰਹੀਆਂ ਰਹਿ ਜਾਂਦੀਆਂ, ਤੁਹਾਡੇ ਇੰਝ ਹੁੰਦਾ ਉਹ ਸਾਚੀ ਤੇ ਰਾਜੇ ਦੀ ਸ਼ਰਟ ਆ, ਆਹ ਵੇਖੋ ਰਾਜੇ ਦੀ ਹੈ, ਮੇਰਾ ਦੂਸਰਾ ਬੈਚ ਲੱਗਾ ਨਹੀਂ ਰਾਜੇ ਦੀ, ਮੈਂ ਝੂਠ ਲੱਗਾ, ਅੱਖਾਂ ਵਾਲੇ ਆ ਧਾਗਿਆਂ ਦੇ ਬਟਨ ਉਹਦੇ, ਸ਼ੁਕਰ ਆ ਮੇਰੀ ਵੀ ਲੱਗੀ। ਹਾਂ ਇਤਵਾਰ ਵਾਲੇ ਆਮੀਨ, ਹੁਣ ਇਤਵਾਰ ਤੱਕ ਅਸੀਂ ਨਹੀਂ ਜਾਣਾ, ਦੋ ਛੁੱਟੀਆਂ ਹੋਰ ਵੱਧ ਗਈਆਂ,
ਹੁਣ ਅਸੀਂ ਜਾਂਦੇ ਹਾਂ ਅੱਗੇ। ਹੁਣ ਆ ਗਏ ਅਸੀਂ ਨਵੀਂ ਦੁਕਾਨ ਤੇ, ਨਹੀਂ ਦੂਜੀ ਡਾਰਕ ਬਲੈਕ ਕੀ ਵੇਸਟ ਆ। ਤੁਸੀਂ ਜਾ ਕੇ ਉਹਨੂੰ ਰਜਿਸਟਰ ਕਰੋ ਤੇ ਪੈਸਾ ਕਮਾਓ ਜੀ। ਤੇ ਦੇਖੋ ਜੀ ਮੇਰੀ ਬੇਟੀ ਵੀ ਉਹ ਗੇਮ ਖੇਲਦੀ ਆ, ਗਾਉਂ ਦੀ ਨਨਾਣ ਵੀ, ਸਾਰੇ ਅਸੀਂ ਉਹ ਗੇਮ ਖੇਲਦੇ ਤੇ ਘਰ ਬੈਠ ਕੇ ਪੈਸਾ ਕਮਾਉਂਦੇ ਹਾਂ ਜੀ। ਦੇਖੋ ਜੀ ਇੱਧਰ ਉੱਧਰ ਜਾਣ ਨਾਲੋਂ, ਕਿਸੇ ਦੇ ਘਰ ਜਾਣ ਨਾਲੋਂ, ਚੁਗਲੀਆਂ ਕਰਨ ਨਾਲੋਂ ਬਿਹਤਰ ਆ ਇਨਸਾਨ ਘਰ ਬੈਠ ਕੇ ਪੈਸਾ ਕਮਾਏ ਜੀ। ਮੈਂ ਤਾਂ 24 ਘੰਟੇ ਲੱਗੀ ਰਹਿੰਦੀ ਘਰ ਦਾ ਕੰਮ ਕਰ ਦੀ ਫਾਰਗ, ਨਹੀਂ ਤਾਂ ਮੈਂ ਗੇਮ ਖੇਲਣ ਲੱਗ ਪੈਂਦੀ ਹਾਂ। ਮੇਰੇ ਬੱਚੇ ਸਗੋਂ ਮੈਨੂੰ ਕਹਿੰਦੇ ਮੰਮਾ ਤੁਸੀਂ ਕੀ ਗੇਮ ਹਰ ਵਕਤ ਖੇਲ, ਮੈਂ ਕਿਹਾ ਬੇਟਾ ਤੁਹਾਨੂੰ ਨਹੀਂ ਪਤਾ ਇਸ ਗੇਮ ਦਾ ਕਿੰਨਾ ਫਾਇਦਾ ਵਾ। ਅਸੀਂ ਘਰ ਬੈਠ ਕੇ ਜੇ ਪੈਸਾ ਕਮਾ ਸਕਦੇ ਤਾਂ ਸਾਨੂੰ ਕੀ ਜ਼ਰੂਰਤ ਆ ਜੀ ਇੱਧਰ ਉੱਧਰ ਜਾਣ ਦੀ ਪੈਸਾ। ਅਤੇ ਦੇਖੋ ਜੀ ਮੈਂ ਉਹਨਾਂ ਪੈਸਿਆਂ ਨਾਲ ਕਮਾਇਆ ਅਤੇ ਆਹ ਸੂਟ ਲੈ ਕੇ ਆਈ ਆਪਣੇ ਵਾਸਤੇ, ਠੀਕ ਹੈ। ਅਤੇ ਵੇਖੋ ਜੀ ਸ਼ੈਂਪੂ ਲੈ ਕੇ ਆਈ, ਸਕ੍ਰੱਬ ਲੈ ਕੇ ਆਈ ਹਾਂ, ਅਤੇ ਜੀ ਬਰਤਨ ਵੀ ਵੇਖੋ ਉਹਨਾਂ ਪੈਸਿਆਂ 'ਚੋਂ ਆਏ ਆ। ਅਤੇ ਸੈਮਨ ਨੂੰ ਹੁਣ ਮੈਂ ਘੱਲਿਆ ਜੀ ਆਪਣੀਆਂ ਦਵਾਈਆਂ ਲੈਣ ਵਾਸਤੇ ਉਹਨਾਂ ਪੈਸਿਆਂ 'ਚੋਂ। ਵੇਖੋ ਕਿੰਨਾ ਫਾਇਦਾ ਵਾ, ਅੱਜ ਕੱਲ੍ਹ ਦੇ ਦੌਰ 'ਚ ਕੋਈ ਕਿਸੇ ਨੂੰ ਨਹੀਂ ਜੀ ਦਿੰਦਾ, ਸਿਰਫ ਆਪਣੀ ਮਿਹਨਤ ਕਰੋ ਘਰ ਬੈਠ ਕੇ, ਮਿਹਨਤ ਦਾ ਫਲ ਕਦੀ ਜ਼ਾਇਆ ਨਹੀਂ ਜਾਂਦਾ ਜੀ। ਮਿਹਨਤ ਵਾਲੇ ਦੇ ਨਾਲ ਅੱਲਾਹ ਤਾਲਾ ਵੀ ਸਾਥ ਹੁੰਦਾ ਵਾ, ਠੀਕ ਹੈ ਨਾ। ਅਤੇ ਤੁਸੀਂ ਵੀ ਘਰ ਬੈਠ ਕੇ ਬਿਨਾਂ ਗੇਮ ਖੇਲੋ ਅਤੇ ਪੈਸਾ ਕਮਾਓ ਅਤੇ ਬਹੁਤ ਫਾਇਦੇ ਹੁੰਦੇ ਆ। ਸਾਨੂੰ ਕਿਸੇ ਦੇ ਅੱਗੇ ਹੱਥ ਨਹੀਂ ਕਰਨਾ ਪੈਂਦਾ, ਸਗੋਂ ਮੈਂ ਕਹਿੰਦੀ ਸਿਆਣੇ ਬੰਦੇ ਵੀ ਜਿਹੜੇ ਨਾ ਜਿਹੜੇ ਨਹੀਂ ਕੰਮ ਕਾਰ ਕਰ ਸਕਦੇ ਉਹ ਵੀ ਘਰ ਬੈਠ ਕੇ ਬਿਨਾਂ ਗੇਮ ਖੇਲਣ ਅਤੇ ਆਪਣਾ ਦਵਾਈਆਂ ਦੇ ਪੈਸੇ ਕਮਾ ਸਕਦੇ ਆ। ਦੇਖੋ ਸ਼ੂਗਰ ਬਿਮਾਰੀ ਕੋਈ ਵੀ ਆ ਲਾ ਲਓ, ਚਲੋ ਹਰ ਕਿਸੇ ਨੂੰ ਹੁੰਦੀ ਹੈ ਜੀ। ਅਤੇ ਕਿਸੇ ਦੇ ਹੱਥ ਕਰਨ ਨਾਲ ਇੰਝ ਕਰਨ ਨਾਲੋਂ ਇੰਝ ਕਰੋ ਕਿ ਬਿਨਾਂ ਗੇਮ ਖੇਲੋ ਅਤੇ ਪੈਸਾ ਕਮਾਓ, ਠੀਕ ਹੈ ਨਾ। ਮੈਂ ਅੱਜ ਸੈਮਨ ਨੂੰ ਥੋੜ੍ਹੀ ਦੇਰ ਹੋਈ ਆ ਗਿਆ, ਹਾਲੇ ਤੱਕ ਆਇਆ ਨਹੀਂ ਜੀ। ਸੈਮਨ ਨੂੰ ਵੀ ਪੈਸੇ ਮੈਂ ਦਿੱਤੇ ਕਿ ਸੈਮਨ ਜਾ ਮੇਰੀਆਂ ਗੋਲੀਆਂ ਲੈ ਕੇ ਆ ਸ਼ੂਗਰ ਦੀਆਂ, ਅਤੇ ਨਾਲੇ ਨਾ ਸ਼ੂਗਰ ਵਾਲੀ ਮਸ਼ੀਨ ਦੀਆਂ ਸਟਿੱਕਾਂ ਖਤਮ ਹੋਈਆਂ ਨੇ, ਅਸੀਂ ਉਹ ਵੀ ਲੈਣੀ ਆ। ਦੇਖੋ ਇਹਨਾਂ ਪੈਸਿਆਂ 'ਚ ਮੈਂ ਕਿੰਨਾ ਕੁਛ ਲਿਆਂਦਾ, ਕਿੰਨੀ ਮਹਿੰਗਾਈ ਵੀ ਆ ਇਹ ਵੀ ਵੇਖੋ, ਇੰਨੀ ਮਹਿੰਗਾਈ ਤਾਂ ਫਿਰ ਤੁਸੀਂ ਸੋਚੋ ਕਿ ਮੈਂ ਕਿੰਨੇ ਪੈਸੇ ਕਮਾ ਲਏ ਹੋਣੇ ਆ ਜਿਹੜਾ ਮੈਂ ਇੰਨੀਆਂ ਚੀਜ਼ਾਂ ਵੀ ਲੈ ਆਈਆਂ। ਅਤੇ ਤੁਸੀਂ ਵੀ ਫੌਰਨ ਜਾਓ ਮੇਰੇ ਯੂਟਿਊਬ ਚੈਨਲ 'ਤੇ, ਉਹਦੇ 'ਚ ਲਿੰਕ ਮੇਰਾ ਲੱਗਾ ਹੋਇਆ ਬਾਇਓ 'ਚ, ਅਤੇ ਤੁਸੀਂ ਜਾ ਕੇ ਡਾਊਨਲੋਡ ਕਰੋ ਗੇਮ ਨੂੰ ਅਤੇ ਪੈਸਾ ਘਰ ਬੈਠ ਕੇ ਕਮਾਓ ਜੀ। ਪੈਸਾ ਕਮਾਉਣ ਦਾ ਆਸਾਨ ਤਰੀਕਾ ਮੈਂ ਤੁਹਾਨੂੰ ਦੱਸਿਆ, ਕਿਉਂਕਿ ਮਿਹਨਤਾਂ ਨਹੀਂ ਹੁੰਦੀਆਂ ਕਿਸੇ ਕੋਲੋਂ, ਅਤੇ ਆਹ ਵੀ ਮਿਹਨਤ ਹੀ ਆ ਜੀ। ਇਹ ਵੀ ਕੋਈ ਨਹੀਂ ਇੰਨਾ ਕਿ ਵੀ ਮੁਹੱਜ ਨਹੀਂ, ਮਿਹਨਤ ਕਰੋ ਨਾ ਮੋਬਾਈਲ 'ਤੇ ਅਤੇ ਬਿਨਾਂ ਗੇਮ ਖੇਲੋ, ਅਤੇ ਮੇਰੇ ਲਾਜ਼ਮੀ ਜਾ ਕੇ ਯੂਟਿਊਬ ਚੈਨਲ 'ਤੇ ਜਾਓ, ਅਤੇ ਉੱਥੇ ਦਾ ਲਿੰਕ ਲੱਗਾ ਹੋਇਆ ਵਾ ਜੀ ਬਾਇਓ ਦੇ ਵਿੱਚ, ਅਤੇ ਮੈਨੂੰ ਫੋਨ ਕਰੋ ਅਤੇ ਗੇਮ ਖੇਲੋ। ਅਤੇ ਮੈਂ 24 ਘੰਟੇ ਮੋਬਾਈਲ ਨੂੰ ਲੱਗੀ ਰਹਿੰਦੀ ਹਾਂ, ਮੇਰੇ ਮੋਬਾਈਲ ਦਾ ਚਾਰਜ ਵੀ ਖਤਮ ਹੋ ਜਾਵੇ ਅਤੇ ਮੈਂ ਸੋਫੇ 'ਤੇ ਬੈਠ ਕੇ ਨਾਲ ਚਾਰਜਰ ਵੇਖੋ ਜੀ ਲਗਾਇਆ ਹੋਇਆ, ਇੱਧਰ ਵਿਖਾਓ ਆ ਵੇਖੋ ਚਾਰਜਰ ਲਗਾ। ਮੈਂ ਗੇਮ ਜ਼ਰਾ ਵੀ ਨਹੀਂ ਮਿਸ ਹੋਣ ਦਿੰਦੀ, ਕਿਉਂਕਿ ਮੈਂ ਕਹਿੰਦੀ ਇੱਥੋਂ ਪੈਸਾ ਮਿਲਦਾ ਵਾ, ਅਤੇ ਫਿਰ ਕਿਉਂ ਨਾ ਅਸੀਂ ਮਿਹਨਤ ਕਰੀਏ। ਤੁਸੀਂ ਵੀ ਸਾਰੇ ਮਿਹਨਤ ਕਰੋ ਜੀ, ਮਿਹਨਤ ਦਾ ਫਲ ਬਹੁਤ ਮਿੱਠਾ ਹੁੰਦਾ। ਬਹੁਤ ਹੀ ਮੇਰਾ ਵੱਡੀ ਗੱਲ ਬੱਤੀ ਨਹੀਂ ਨਹੀਂ ਬੱਤੀ ਤਾਂ ਬਹੁਤ ਜ਼ਿਆਦਾ ਹਾਂ ਨਹੀਂ ਯਾਰ।
ਨਹੀਂ ਆ ਨਹੀਂ ਇਹ ਕਲਰ ਚ ਨਹੀਂ ਇਹ ਤੇ ਗੌਰਮੈਂਟ ਹੀ ਹੋ ਗਏ ਨਾ ਪਿਓਰ ਬਲੈਕ ਹਾਂਜੀ ਇਹ ਗੌਰਮੈਂਟ ਹੀ ਵਾਲਿਆਂ ਦੀ ਆ ਇਹਨਾਂ ਦੀ ਇਸ ਤਰ੍ਹਾਂ ਦੀ ਇਹਨਾਂ 'ਚ ਕੋਈ ਹੈਗੀ ਨਹੀਂ ਇਹ ਤੇ ਮੇਰੀ ਹੈ ਕਿੱਥੇ ਪਿੰਡ ਬਣੀ ਕਲੋਨੀ ਬਾਅਦ ਚਲੇ ਪਿੰਡ ਦੇ ਨਹੀਂ ਰਹਿਣ ਦੋ ਟਰਾਈ ਰਹਿਣ ਦੋ ਜੋ ਕਟਵਾਣੀ ਤੇ ਪੈਣੀ ਹੈ ਕਟਵਾਣੀ ਤੇ ਪੈਣੀ ਹੈ ਹੁਣ ਅਸੀਂ ਜਾ ਰਹੇ ਘਰ ਵੱਲ ਨੂੰ ਸਾਡੀ ਫਰਾਰੀ ਖੜੀ ਹਾਂਜੀ ਜੀ ਵੇਖੋ ਇਹਨੂੰ ਮੈਂ ਘੱਲਿਆ ਸੀਗਾ ਕਿ ਮੇਰੀਆਂ ਦਵਾਈਆਂ ਸ਼ੂਗਰ ਦੀਆਂ ਖਤਮ ਹੋਈਆਂ ਹੋਈਆਂ ਸੀ ਨਾ ਸਟਿੱਕਾਂ ਵੇਖੋ ਲੈ ਕੇ ਆਇਆ ਹੀ ਆ ਸਟਿੱਕਾਂ ਖਤਮ ਹੋਈਆਂ ਹੋਈਆਂ ਸੀਗੀਆਂ ਸ਼ੂਗਰ ਦੀਆਂ ਅਤੇ ਗੋਲੀਆਂ ਹੋਈਆਂ ਹੁੰਦੀਆਂ ਤਾਂ ਵੇਖੋ ਇੱਧਰ ਵੇਖੋ ਇਹਦਾ ਹਾਲ ਆਹ ਐਕਸੀਡੈਂਟ ਆਪਣਾ ਕਰਾ ਕੇ ਆ ਗਿਆ ਵਾ ਅਤੇ ਆਹ ਵੇਖੋ ਬਾਜ਼ੂ ਦਹਾ ਵੇਖਾਂ ਅਤੇ ਕਿੰਨੀ ਸੱਟ ਲਵਾ ਕੇ ਆ ਗਿਆ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਮਾਂ ਮੈਂ ਤੁਹਾਡੇ ਸਿਰ 'ਤੇ ਤਾਂ ਤੁਸੀਂ ਇਹਨੂੰ ਮੈਂ ਕਹਿੰਦੀ ਹੁੰਦੀ ਗੱਡੀ ਆਸਤਾ ਚਲਾਇਆ ਕਰ ਗੱਡੀ ਨਹੀਂ ਤਰੀਕੇ ਨਾਲ ਚਲਾਉਂਦਾ ਗੱਡੀ 'ਤੇ ਇੰਝ ਚਲਾਉਂਦਾ ਜਿੱਦਾਂ ਜਹਾਜ਼ ਦੇ ਹੱਥੀ ਆ ਗਿਆ ਇਹ ਨਹੀਂ ਪਤਾ ਕਿ ਮੈਂ ਸਾਡੀ ਮਾਂ ਸਾਡੇ ਸਿਰ 'ਤੇ ਆ ਪਰ ਲੱਤ ਨੂੰ ਕੁਛ ਹੋ ਜਾਂਦਾ ਜੇ ਕਿਤੇ ਸੱਟ ਐਸੀ ਲੱਗ ਜਾਂਦੀ ਤਾਂ ਦੱਸੋ ਹੁਣ ਮੈਂ ਕੀ ਕਰਦੀ ਇੰਨੇ ਜੋਗੀ ਮੈਂ ਹੈਗੀ ਹਾਂ ਕਿ ਮੈਂ ਤੁਹਾਨੂੰ ਲੈ ਕੇ ਫਿਰ ਸਕਾਂ ਹੈ ਅਤੇ ਮੈਂ ਕਿੰਨੀ ਵਾਰੀ ਕਿਹਾ ਕਿ ਗੱਡੀ ਤਰੀਕੇ ਨਾਲ ਚਲਾਇਆ ਕਰ ਪੁੱਤ ਵੇਖ ਸੱਟ ਕਿੰਨੀ ਤੂੰ ਲਵਾ ਕੇ ਆ ਗਿਆ ਅਤੇ ਗੋਡੇ ਦੇ ਉੱਤੇ ਸੱਟ ਲੱਗੀ ਕਿੰਨੀ ਜ਼ਿਆਦਾ ਕਿਉਂ ਨਹੀਂ ਤੂੰ ਸਮਝਦਾ ਪੁੱਤ ਹੈਂ ਜ਼ਿਆਦਾ ਲੱਗ ਜਾਂਦੀ ਅਤੇ ਮੰਜੇ 'ਤੇ ਪੈ ਜਾਣਾ ਸੀ ਅਤੇ ਮੈਂ ਕਿੱਥੇ ਲਿਜਾਣ ਜੋਗੀ ਹਾਂ ਮੈਂ ਇਹਨੂੰ ਇਹੀ ਸਮਝਾਉਂਦੀ ਰਹਿੰਦੀ ਹਾਂ ਕਿ ਪੁੱਤ ਮੈਂ ਇਹਨੂੰ ਮੈਂ ਦਵਾਈ ਲੈਣ ਘੱਲਰ ਬੈਠੀ ਹਾਂ ਹੈਂ ਕਿ ਜਾ ਸਿਆਮਨ ਮੇਰੇ ਵਾਸਤੇ ਆਹ ਚੀਜ਼ਾਂ ਲਿਆ ਸ਼ੂਗਰ ਮੇਰੀ ਤੇਜ਼ ਹੋਈ ਹੋਈ ਸੀਗੀ
ਤੇ ਮੇਰੀ ਖੁਦ ਦੀ ਤਬੀਅਤ ਕੱਲ ਦੀ ਇੰਨੀ ਖਰਾਬ ਆ ਤੇ ਇਸ ਬੱਚਿਆਂ ਨੂੰ ਨਹੀਂ ਆਉਂਦੀ ਕਿ ਸਾਡੀ ਮਾਂ ਤੇ ਸਾਡੀ ਮਾਂ ਸਾਡੀ ਜਾਨ ਤੇ ਸਾਡੀ ਮਾਂ ਦੇ ਵਿੱਚ ਵਾ ਹੈ ਜੇ ਸਾਨੂੰ ਕੁਛ ਹੋ ਗਿਆ ਤਾਂ ਸਾਡੀ ਮਾਂ ਦਾ ਕੀ ਬਣੇਗਾ ਬੱਚੇ ਇਹਨੂੰ ਮੈਂ ਇੰਨਾ ਸਮਝਾਉਂਦੀ ਹਾਂ ਕਿ ਪੁੱਤ ਮੈਨੂੰ ਜੀ ਵੱਡੇ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਰਾਜਾ ਮੇਰਾ ਕਦੀ ਨਹੀਂ ਇਹੋ ਜਿਹੀ ਹਰਕਤ ਕਰ ਪਰ ਛੋਟੇ ਦੀ ਜਿੱਦੋਂ ਕਿਤੇ ਜਾਣਾ ਨਾ ਤੂੰ ਮੇਰੀ ਜਾਨ ਬਣੀਆਂ ਜਾਨ 'ਤੇ ਬਣੀਆਂ ਹੁੰਦੀਆਂ ਕਿ ਸਿਆਮਨ ਦੇ ਸੱਟ ਨਾ ਸਿਆਮਨ ਨੂੰ ਧਿਆਨ ਨਾ ਮੈਂ ਦਵਾ ਹੀ ਪਿੱਛੇ ਕਰਦੀ ਰਹਿੰਦੀ ਹਾਂ ਜੀ ਇਹਨਾਂ ਵਾਸਤੇ ਇਹ ਜਦੋਂ ਘਰੋਂ ਨਿਕਲਦਾ ਤਾਂ ਵੇਖੋ ਕਿੰਨੀ ਸੱਟ ਲਵਾ ਕੇ ਅਤੇ ਹੁਣ ਘਰ ਆ ਗਿਆ ਵਾ ਮੈਂ ਕੀ ਕਰਾਂ ਜੀ ਚਲੋ ਜੀ ਠੀਕ ਆ ਜੀ ਹੁਣ ਮੈਂ ਮਲਮ ਲਾਉਂਦੀ ਹਾਂ ਟੀਕਾ ਲਵਾ ਕੇ ਹਾਂ ਹਾਂਜੀ ਵੇਖੋ ਟੀਕਾ ਵੀ ਆਪੇ ਲਵਾਇਆ ਆਇਆ ਵਾ ਹਸਪਤਾਲੋਂ ਟੀਕਾ ਵੀ ਲਵਾਇਆ ਆਇਆ ਵਾ ਜਾਣ ਕੇ ਹੱਸਦਾ ਹਾਂ ਹੁਣ ਹੱਸਦਾ ਤੈਨੂੰ ਪਤਾ ਕਿ ਮੇਰੀ ਮਾਂ ਦਾ ਕੀ ਹਾਲ ਹੋਇਆ ਵਾ ਚਲੋ ਜੀ ਠੀਕ ਆ ਜੀ ਮੈਨੂੰ ਦੇਵੋ ਇਜਾਜ਼ਤ ਅਤੇ ਆਪਣਾ ਖਿਆਲ ਰੱਖਿਓ ਦੁਆਵਾਂ 'ਚ ਸਾਨੂੰ ਯਾਦ ਰੱਖਿਓ ਜੀ